ਦਲਜੀਤ ਦੁਸਾਂਝ ਵੀਰ ਹੈ ਨਾ, ਵਾਹਿਗੁਰੂ ਦੀ ਕਿਰਪਾ ਵੀਰਾ ਗਰਾਊਂਡ ਤੋਂ ਉੱਠਿਆ, ਆਮ ਘਰ 'ਚੋਂ ਉੱਠ ਕੇ ਅੱਜ ਦੁਨੀਆ ਵਿੱਚ ਆਪਦਾ ਨਾਮ ਬਣਾਇਆ ਅਤੇ ਆਪਦੇ ਦਸਤਾਰ ਨੂੰ ਆਪਦੇ ਕਿਰਦਾਰ ਨੂੰ ਅੱਗੇ ਲੈ ਕੇ ਗਿਆ। ਦਲਜੀਤ ਉਹ ਆਪਣੇ ਰਾਹ 'ਤੇ ਆ, ਉਹਦਾ ਜ਼ਮੀਰ ਸੱਚਾ, ਉਹਨੇ ਆਪਣੇ ਦੁਨੀਆ ਵਿੱਚ ਆਪਦੀ ਦਸਤਾਰ ਨੂੰ ਆਪਦੇ ਕਿਰਦਾਰ ਨੂੰ ਦੱਸਿਆ ਵੀ ਸਿੰਘ ਕਿਹੋ ਜਿਹੇ ਹੁੰਦੇ। ਜਿਹਨੇ ਨਿੰਦਣਾ ਨਿੰਦੀ ਜਾਵੇ ਉਹ ਆਪਣੇ ਕਰਮ ਕਰ ਗਿਆ, ਹਮੇਸ਼ਾ ਤੋਂ ਨਾਲ ਖੜਿਆ। ਮਟੈਲਿਟੀ ਸਮਾਗ, ਇੱਥੋਂ ਤੱਕ ਲੋਕਾਂ ਦਾ ਦਿਮਾਗ ਆ ਨਾ, ਜਿਹੜਾ ਲੋਕਾਂ ਦਾ ਦਿਮਾਗ ਇੰਨਾ ਗਿਰ ਗਿਆ, ਸੋਚ ਇੰਨੀ ਨੀਵੀਂ ਰੱਖ ਲਈ, ਬਸ ਇੱਥੇ ਬੈਠੇ ਸਰਟੀਫਿਕੇਟ ਹੀ ਬਣਦੇ ਰਹਿੰਦੇ ਨੇ, ਫਲਾਨਾ ਮਾੜਾ ਫਲਾਨਾ ਚੰਗਾ। ਸਿੱਧੂ ਨੇ ਗਾਣੇ 'ਚ ਕਿਹਾ ਸੀ ਨਾ, ਤੁਸੀਂ ਸਭ ਨਾਲੋਂ ਮਾੜੀ ਗੱਲ ਮੰਨਦੇ ਨਹੀਂ ਤਾਂ। ਸੋ ਨਿੰਦੀ ਜਾਓ ਬਾਈ ਦਲਜੀਤ ਚੜ੍ਹਦੀ ਕਲਾ 'ਚ। ਤਾਂ ਜਿਵੇਂ ਹੁਣ ਦਲਜੀਤ ਨੂੰ ਵੀ ਲੋਕੀ ਨਿੰਦਦੇ ਪਏ ਹੈ, ਇੱਕ ਉਹ ਪੱਗ ਦਾ ਮਾਣ ਵਧਾ ਰਿਹਾ, ਆਪਣੇ ਪੰਜਾਬ ਦਾ ਮਾਣ ਵਧਾ ਰਿਹਾ, ਅਤੇ ਉਹਨੂੰ ਲੋਕੀ ਨਿੰਦਦੇ ਪਏ ਕਿਉਂ? ਜੀ ਦੇਖੋ ਹੁਣ ਦਲਜੀਤ, ਦੇਖੋ ਦਲਜੀਤ ਦੁਸਾਂਝ ਵੀਰ ਹੈ ਨਾ, ਵਾਹਿਗੁਰੂ ਦੀ ਕਿਰਪਾ ਵੀਰਾ ਗਰਾਊਂਡ ਤੋਂ ਉੱਠਿਆ, ਆਮ ਘਰ 'ਚੋਂ ਉੱਠ ਕੇ ਅੱਜ ਦੁਨੀਆ ਵਿੱਚ ਆਪਦਾ ਨਾਮ ਬਣਾਇਆ ਅਤੇ ਆਪਦੇ ਦਸਤਾਰ ਨੂੰ ਆਪਦੇ ਕਿਰਦਾਰ ਨੂੰ ਅੱਗੇ ਲੈ ਕੇ ਗਿਆ। ਮੈਂ ਤਾਂ ਅਕਸਰ ਗੱਲ ਕਰਦਾ ਦਲਜੀਤ ਵੀਰਾ, ਮੈਨੂੰ ਦੇਖੋ ਇਹਨਾਂ ਸੰਗਤ ਚੰਗਿਆਈਆਂ ਬਰਿਆਈਆਂ ਫਿਰ ਉੱਥੇ ਆ ਜਾਣੀਆਂ ਗੱਲ, ਵੀ ਉਹਨੂੰ ਨਿੰਦਣਾ ਤਾਂ ਦੇਖੋ ਨਿੰਦਾ ਕਰੇ ਸੋ ਹਮਰਾ ਮੀਤ। ਹੁਣ ਮੈਨੂੰ ਵੀ ਕਈ ਇੱਥੇ ਮੈਨੂੰ ਕਹੀ ਕਹਿੰਦੇ ਵੀ ਤੁਹਾਨੂੰ ਬਹੁਤ ਨਿੰਦਦੇ ਨੇ, ਤੁਹਾਡੀ ਚਰਚਾ ਬਹੁਤ ਹੁੰਦੀ ਹੈ, ਮੈਨੂੰ ਕਈ ਬੰਦੇ ਕਹਿਣਗੇ ਵੀ, ਮੈਂ ਕਿਹਾ ਨਿੰਦੀ ਤਾਂ ਸਾਨੂੰ ਵੀ ਜਾਂਦੇ ਨਿੰਦ ਮਹਾਰਾਜ ਕਹਿੰਦੇ, ਕੋਈ ਆਖੇ ਭੂਤਨਾ, ਕੋਈ ਆਖੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਗੁਰੂ ਸਾਹਿਬ ਕਹਿੰਦੇ ਮੈਂ ਜਦੋਂ ਤੁਰਿਆ ਮੈਨੂੰ ਕਹੀ ਜਾਂਦੇ ਨੇ, ਮਹਾਰਾਜ ਨੂੰ ਵੀ ਨਿੰਦਿਆ ਲੋਕਾਂ ਨੇ। ਜਦੋਂ ਪਾਤਸ਼ਾਹ ਜੀ ਨੇ ਸੀਸ ਮੰਗੇ ਨਾ, ਆਪਾਂ ਜ਼ਿਕਰ ਕਰਾਂਗੇ ਅੱਗੇ, ਜਦੋਂ ਗੁਰੂ ਸਾਹਿਬ ਜੀ ਨੇ 1699 ਈਸਵੀ ਦੇ ਵਿੱਚ ਸੀਸ ਮੰਗੇ ਆ ਕੇ ਮੈਨੂੰ 5 ਸਿਰ ਚਾਹੀਦੇ ਆ, ਬਾਹਲੇ ਲੋਕ ਉੱਥੇ ਵੱਡੇ ਵੱਡੇ ਜਾ ਕੇ ਮਾਤਾ ਨੂੰ ਲਾਂਭਾ ਲੈ ਕੇ ਚਲੇ ਗਏ ਸੀ, ਮਾਤਾ ਗੁਜਰੀ ਨੂੰ ਕਹਿੰਦੇ ਸੀ ਗੁਰੂ ਸਾਹਿਬ ਜੀ ਨੂੰ ਕੋਈ ਦਿਮਾਗ ਹੀ ਹੋ ਗਿਆ, ਇਹ ਤਾਂ ਸੀਸ ਮੰਗਣ ਲੱਗ ਗਏ, ਮਹਾਰਾਜ ਦੀ ਨਿੰਦਿਆ ਕਰਨ ਲੱਗ ਜਾਂਦੇ ਸੀ, ਬੜੇ ਇਹੋ ਜਿਹੇ ਜ਼ਿਕਰ ਆਉਂਦੇ ਨੇ ਇਤਿਹਾਸ 'ਚ। ਸੋ ਨਿੰਦਾ ਨੇ ਕਰੀ ਜਾਣੇ ਭਾਈ ਦਲਜੀਤ, ਉਹ ਆਪਣੇ ਰਾਹ 'ਤੇ ਆ, ਉਹਦਾ ਜ਼ਮੀਰ ਸੱਚਾ, ਉਹਨੇ ਆਪਣੇ ਦੁਨੀਆ ਵਿੱਚ ਆਪਦੀ ਦਸਤਾਰ ਨੂੰ ਆਪਦੇ ਕਿਰਦਾਰ ਨੂੰ ਦੱਸਿਆ ਵੀ ਸਿੰਘ ਕਿਹੋ ਜਿਹੇ ਹੁੰਦੇ ਆ। ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਪਰਸਨਲੀ ਵੀਰ ਨਾਲ ਬਹੁਤ ਪਿਆਰ ਆ, ਜਿਹਨੇ ਨਿੰਦਣਾ ਨਿੰਦੀ ਜਾਵੇ ਉਹ ਆਪਣੇ ਕਰਮ ਕਰ ਗਿਆ, ਹਮੇਸ਼ਾ ਤੋਂ ਨਾਲ ਖੜਿਆ। ਉਹਦਾ ਕਿੱਤਾ ਜਿਹਦਾ ਕਰਮ ਆ, ਕੱਲ੍ਹ ਨੂੰ ਮੈਂ ਅੱਗੇ ਗੱਲ ਕਰਦਾ ਵੀ ਸਾਈਂ ਮੀਆਂ ਮੀਰ ਜੀ ਅਤੇ ਗੁਰੂ ਸਾਹਿਬ, ਦੇਖੋ ਸਾਈਂ ਮੀਆਂ ਮੀਰ ਜੀ ਤੋਂ ਨੀਂਹ ਪੱਥਰ ਰਖਾਇਆ ਗੁਰੂ ਸਾਹਿਬ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ। ਜੇ ਅੱਜ ਦੇ ਲੋਕ ਹੁੰਦੇ ਉਹਨਾਂ ਨੇ ਕਹਿਣਾ ਸੀ ਗੁਰੂ ਸਾਹਿਬ ਅਤੇ ਸਾਈਂ ਮੀਆਂ ਮੀਰ ਵੀ ਏਜੰਸੀਆਂ ਦੇ ਬੰਦੇ ਨੇ। ਮਟੈਲਿਟੀ ਸਮਾਗ, ਇੱਥੋਂ ਤੱਕ ਲੋਕਾਂ ਦਾ ਦਿਮਾਗ ਆ ਨਾ, ਜਿਹੜਾ ਲੋਕਾਂ ਦਾ ਦਿਮਾਗ ਇੰਨਾ ਗਿਰ ਗਿਆ, ਸੋਚ ਇੰਨੀ ਨੀਵੀਂ ਰੱਖ ਲਈ, ਬਸ ਇੱਥੇ ਬੈਠੇ ਸਰਟੀਫਿਕੇਟ ਹੀ ਬਣਦੇ ਰਹਿੰਦੇ ਨੇ, ਫਲਾਨਾ ਮਾੜਾ ਫਲਾਨਾ ਚੰਗਾ। ਅਸਲ ਕਹਿੰਦੇ ਆ ਵੀ ਚੰਗਾ ਤੂੰ ਵੀ ਨਹੀਂ, ਜਿਵੇਂ ਸਿੱਧੂ ਨੇ ਗਾਣੇ 'ਚ ਕਿਹਾ ਸੀ ਨਾ, ਤੁਸੀਂ ਸਭ ਨਾਲੋਂ ਮਾੜੀ ਗੱਲ ਮੰਨਦੇ ਨਹੀਂ ਕਾ ਤੋਂ, ਕਹਿੰਦਾ ਵੀ ਤੁਸੀਂ ਮੰਨਦੇ ਨਹੀਂ, ਮੈਂ ਉਹਦਾ ਕਹਿਣ ਦਾ ਮਤਲਬ ਸੀ ਵੀ ਤੁਸੀਂ ਸਾਰੀ ਪਾਰਟੀਆਂ ਨੂੰ ਨਿੰਦਗੂ ਹੀ ਜਾਂਦੇ ਆ, ਤੁਸੀਂ ਹੁਣ ਇਹਨਾਂ ਨੂੰ ਸਲਾਹ ਲਿਓ, ਹੁਣ ਉਹਨਾਂ ਨੂੰ ਵੀ ਨਿੰਦਦੀ ਹੈ ਨਾ, ਉਹ ਤਾਂ ਹੀ ਕਹਿੰਦਾ ਵੀ ਆਪ ਸਭ ਨਾਲੋਂ ਮਾੜੇ ਗੱਲ ਮੰਨਦੇ ਨਹੀਂ ਕਾ ਤੋਂ, ਵੀ ਆਪਾਂ ਸਾਰਿਆਂ ਨਾਲੋਂ ਮਾੜੇ ਆਪਾਂ ਆਪ ਹਾਂ। ਜਦੋਂ ਆਪਾਂ ਐਂ ਉਂਗਲ ਕਰਦੇ ਹਾਂ, ਮੈਂ ਤੁਹਾਡੇ ਨਹੀਂ ਉਂਗਲ ਕਰਦਾ ਵੀ ਤੁਸੀਂ ਮਾੜੇ ਹੋ ਤਾਂ 3 ਮੇਰੇ ਨਹੀਂ ਆ, ਵੀ ਤੂੰ ਕਿੰਨਾ ਕੁ ਚੰਗਾ ਬਈ, ਗੂਠਾ ਤਾਂ ਨੂੰ ਜਾਈ ਜਾਂਦਾ ਵੀ ਨਾ ਤਾਂ ਉਹਦਾ ਹੀ ਸੱਚਾ, ਉਹ ਤੂੰ ਲੈਂਦਾ ਨਹੀਂ। ਸੋ ਨਿੰਦੀ ਜਾਓ ਬਾਈ ਦਲਜੀਤ ਚੜ੍ਹਦੀ ਕਲਾ 'ਚ, ਪੂਰਾ ਬਾਈ ਦੇ ਨਾਲ ਵੀ ਜਿਹੜੇ ਸਿੰਘ ਰਹਿੰਦੇ ਨੇ, ਮੇਰਾ ਤਾਂ ਬਹੁਤ ਮਨ ਖੁਸ਼ ਹੁੰਦਾ, ਦਾੜੇ ਪ੍ਰਕਾਸ਼ ਹੁੰਦੇ ਨੇ, ਚੜ੍ਹਦੀ ਕਲਾ ਵਾਲੇ ਸਿੰਘ ਨੇ, ਅਤੇ ਹਮੇਸ਼ਾ ਉਹ ਨਾਲ ਖੜਿਆ ਵੀ, ਭਾਵੇਂ ਅੱਜ ਪਿਛਲੇ ਧਰਨੇ 'ਚ ਵੀ ਉਹ ਖੜਿਆ, ਹੁਣ ਵੀ ਫਾਈਨੈਂਸ਼ਲੀ ਤੌਰ 'ਤੇ ਵੀ ਖੜਿਆ। ਦੇਖੋ ਤਿੰਨ ਕਹਿੰਦੇ ਮਾਨਸਿਕ ਹੁੰਦਾ, ਸਮਾਜਿਕ ਹੁੰਦਾ ਅਤੇ ਆਹ ਰਾਜਨੀਤਿਕ ਹੁੰਦਾ, 3 ਪੱਖ ਵਰਤਦੇ ਨੇ ਸਮਾਜ ਦੇ ਵਿੱਚ, ਠੀਕ ਆ। ਉਹ ਰਾਜਨੀਤਿਕ ਬੰਦਾ ਤਾਂ ਹੈ ਨਹੀਂ, ਉਹਦਾ ਤਾਂ ਕਰਮ ਆ ਸਿਰਫ ਗਾਉਣਾ, ਉਹਦਾ ਇਹੀ ਕਿੱਤਾ, ਅਤੇ ਕਿੱਤਾ ਉਹਦਾ ਧਰਮ ਆ, ਅਤੇ ਉਹ ਆਪਦੇ ਧਰਮ ਨੂੰ ਕਦੇ ਛੱਡੂ ਨਹੀਂ। ਕਿਤੇ ਜਾ ਕੇ ਕਿਤੇ ਬੈਠਣ ਨਾਲ ਬੰਦਾ ਮਾੜਾ ਨਹੀਂ ਹੁੰਦਾ। ਅੱਗੇ ਮੈਂ ਗੱਲ ਕੀਤੀ ਭਾਈ ਸਵੇਗ ਸਿੰਘ ਸਰਕਾਰ ਵਿੱਚ ਰਹਿੰਦੇ ਸੀਗੇ, ਉਸ ਟਾਈਮ ਦੇ ਸਿੱਖ ਉਹਨਾਂ ਨੂੰ ਵੀ ਮਾੜਾ ਕਹਿੰਦੇ ਹੋਣਗੇ, ਪਰ ਉਹਨਾਂ ਦੀ ਜ਼ਿੰਦਗੀ ਜਿਉਣ ਨੇ ਲੋਕਾਂ ਨੇ ਆਪ ਹੀ ਫੈਸਲਾ ਕਰਤਾ ਵੀ ਉਹ ਚੰਗੇ ਸੀ ਮਾੜੇ ਸੀ।
ਉਹ ਗੁਰੂ ਦੇ ਦਰਗਾਹ 'ਚ ਨਾਨਕ ਅਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਉਹ ਆਪਦਾ ਮੁੱਖ ਉਜਲ ਲੈ ਕੇ ਗਏ ਨੇ। ਸੋ ਬਾਈ ਦਲਜੀਤ ਚੜ੍ਹਦੀ ਕਲਾ 'ਚ ਰਵੇ ਪੂਰਾ, ਇਸੇ ਤਰ੍ਹਾਂ ਉਹਦੀ ਇੱਕ ਰੀਝ ਵੀ ਆ ਵੀ ਮੈਂ ਇੱਕ ਦਿਨ ਅੰਮ੍ਰਿਤ ਵੀ ਛਕਾਂ ਅਤੇ ਮੈਂ ਇਸ ਰੂਪ ਵਿੱਚ ਵੀ ਆਵਾਂ ਅਤੇ ਮੈਂ ਵੀਰ ਨੂੰ ਕਹੂੰਗਾ ਵੀ ਮੇਰੀ ਤੇਰੇ ਲਈ ਦਿਲ ਤੋਂ ਅਰਦਾਸ ਆ ਅਤੇ ਵੀ ਮੈਂ ਤੈਨੂੰ ਇੱਕ ਦਿਨ ਇਸ ਸਰੂਪ ਵਿੱਚ ਵੇਖਾਂ ਤਾਂ ਹੋਰ ਮਨ ਖੁਸ਼ ਹੋਊਗਾ। ਪਰ ਚੜ੍ਹਦੀ ਕਲਾ 'ਚ ਰਹਿ, ਡਟਿਆ ਰਹਿ, ਸੱਚ ਦੀ ਆਵਾਜ਼ ਬੁਲੰਦ ਜ਼ਰੂਰ ਕਰੋ। ਜਿਹੜੇ ਗਾਇਕ ਵੀਰ ਨੇ ਤੁਹਾਡੇ ਹੱਥ ਕਲਮ ਆ, ਤੁਸੀਂ ਢਾਡੀ ਹੋ ਕੌਮ ਦੇ, ਤੁਹਾਡੀ ਕਲਮ ਨੇ ਅਸਰ ਕਰਨਾ ਹੀ ਕਰਨਾ। ਜਿਵੇਂ ਕਰਨ ਔਜਲੇ ਨੇ ਕਿਹਾ ਸੀ ਨਾ, ਸੰਤ ਸਿੰਘ ਮਸਕੇਣ ਜੀ ਦਾ ਜ਼ਿਕਰ ਕੀਤਾ ਉਹਨੇ ਤਾਂ ਲੋਕ ਭੈਣਾਂ ਕੁੜੀਆਂ ਸੁਣਨ ਲੱਗ ਗਈਆਂ ਸੰਤ ਸਿੰਘ ਮਸਕੀਨ ਨੂੰ। ਸਾਡੇ ਸਿੱਧੂ ਬਾਈ ਨੇ ਦੇਖੋ ਹਰੀ ਸਿੰਘ ਨਲੂਆ ਦਾ ਜ਼ਿਕਰ ਕੀਤਾ, ਆਪਾਂ ਅੱਜ ਉਹਨਾਂ ਦਾ ਇਤਿਹਾਸ ਸਾਂਝਾ ਕੀਤਾ ਤਾਂ ਉਦੋਂ ਬਾਅਦ ਹਰੀ ਸਿੰਘ ਨਲੂਆ ਬਾਰੇ ਜਾਣਨ ਲੱਗ ਗਏ। ਉਹਨਾਂ ਨੇ SYL ਵਿੱਚ ਜ਼ਿਕਰ ਕੀਤਾ ਸਿੰਘਾਂ ਦਾ ਤਾਂ ਲੋਕ ਉਹਨਾਂ ਬਾਰੇ ਜਾਣਨ ਲੱਗ ਗਏ ਵੀ ਇਹ ਕੌਣ ਸੀਗੇ। ਸੋ ਤੁਹਾਡੇ ਹੱਥ ਕਲਮ ਆ, ਇਹਨੂੰ ਕਲਮ ਨੂੰ ਸਿੱਧੇ ਪਾਸੇ ਲੈ ਕੇ ਆਓ, ਕੋਈ ਚੰਗਾ ਕਰਮ ਕਰੀਏ